ਸਾਡਾ ਦੋਸਤ ਪਰਮਿੰਦਰ ਸਿੰਘ ਸਿੰਘੜਾ ਸੋ ਸਾਡੇ ਨਾਲ ਹੈ ਤਰਲੋਚਨ ਸਿੰਘ ਸੋਹਲ ਭਾਜੀ ਉਹਨਾਂ ਨੇ ਇੱਕ ਭਰਪੂਰ ਜਾਣਕਾਰੀ ਤੁਹਾਨੂੰ ਦੇਣੀ ਆ ਸੋ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਭਾਜੀ ਠੀਕ ਠਾਕ ਹੋ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਦਾ ਮੌਸਮ ਹੈ ਤੁਹਾਡੇ ਕੈਲੀਫੋਰਨੀਆ ਇਸ ਵੇਲੇ ਮੌਸਮ ਕੈਲੀਫੋਰਨੀਆ ਕੁਛ ਬੰਦੇ ਲਈ ਤਾਂ ਬੜਾ ਹਾਟ ਆ ਪਰ ਉਦਾਂ ਵਧੀਆ ਆ ਸੋਹਣਾ ਸੋਹਣੀ ਮਤਲਬ ਗਰਮ ਗਰਮ ਹਵਾਵਾਂ ਆ ਰਹੀਆਂ ਕਾਰਨਾਮਾ ਹੋ ਰਿਹਾ ਜੀ ਕੱਲ ਨੂੰ ਜੁਬਾ ਸਿਟੀ ਸਾਡੇ ਅੱਜ ਸੀਗਾ ਸਾਡੇ ਸਟੇਟ ਦੇ ਵਿਚ ਸਾਰੀ ਦੇ ਕਿਸੇ ਕੁਛ ਇੰਡੀਅਨ ਗੈਂਗਸ ਜਿਹੜੇ ਸੀਗੇ ਉਹਨਾਂ ਬਾਰੇ ਇਨਫੋਰਮੇਸ਼ਨ ਸੀਗੀ ਤੇ ਉਹਦੀ ਡੀਟੇਲ ਜਿਹੜੀ ਉਹ ਕੱਲ ਨੂੰ ਦੱਸੀ ਜਾਊਗੀ ਉੱਥੇ ਜੁਬਾ ਸਿਟੀ ਡੀਏ ਆਫਿਸ ਦੇ ਵਿੱਚ ਠੀਕ ਹੈ ਜੀ ਮਤਲਬ ਕਿ ਵੀ ਉੱਥੋਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਜ਼ਿਆਦਾ ਮਿਲਣੀ ਆ ਸਾਡੇ ਕੋਲ ਤਾਂ ਬੇਸਿਕ ਸੀਗੀ ਵੀ ਮਤਲਬ ਕਿ ਵੀ ਅੱਜ ਜਿਹੜੀ ਇਨਵੈਸਟੀਗੇਸ਼ਨ ਕੰਡਕਟਡ ਕੀਤੀ ਗਈ ਹੈ ਮਤਲਬ ਕਿ ਸਾਰੇ ਕੈਲੀਫੋਰਨੀਆ ਦੇ ਵਿੱਚ ਮਤਲਬ ਇਹ ਆਪਣੇ ਜਿਹੜੇ ਕੋਈ ਵੀ ਜਿਹੜੇ ਸਵੀਪ ਕੀਤੇ ਗਏ ਪੰਜਾਬੀ ਆਪਣੇ ਜਾਂ ਕੋਈ ਹੋਰ ਮੂਲ ਦੇ ਲੋਕ ਵੀ ਆ ਜਾਂ ਪੰਜਾਬੀ ਹਰਿਆਣਵੀ ਸਭ ਇਕੱਠੇ ਹੀ ਆ ਅੱਛਾ ਜੀ ਤੇ ਹੁਣ ਤੱਕ ਮੇਰਾ ਖਿਆਲ ਹੈ 30 ਦੇ ਇਰਦ ਗਿਰਦ ਗੰਨਾਂ ਜਿਹੜੀਆਂ ਫੜੀਆਂ ਆ ਤੇ ਨਾਲ ਡਰੱਗ ਤੇ ਨਾਲ ਹੋਰ ਅੜਬ ਜਿਹੜਾ ਤੇ ਕੁਛ ਹੀ ਜਿਹੜਾ ਬਹੁਤ ਵੱਡਾ ਗੈਂਗ ਬਣਿਆ ਸੀਗਾ ਜਿਹੜਾ ਪਿਛਲੇ ਸਮੇਂ ਤੋਂ ਕਈ ਸਮੇਂ ਤੋਂ ਗੋਲੀਆਂ ਗਾਲੀਆਂ ਚਲਾਉਂਦਾ ਸੀ ਯਾਰ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ ਤੇ ਫਿਰ ਸਾਡੇ ਬੜੀ ਬੇਸ਼ਰਮੀ ਵਾਲੀ ਗੱਲ ਹੈ ਸਾਨੂੰ ਕਿਉਂਕਿ ਸਾਡੇ ਲੋਕ ਜਦੋਂ ਏਦਾਂ ਕਰਦੇ ਤੇ ਫਿਰ ਇਹ ਲੋਕ ਕੀ ਸੋਚਣਗੇ ਸਾਡੇ ਬਾਰੇ ਇਸੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨਾ ਇਹ ਥੋੜੇ ਜਿਹੇ ਬੰਦੇ ਜਿਹੜੇ ਆ ਉਹ ਆਮ ਲੋਕਾਂ ਦਾ ਇਮੇਜ ਵੀ ਖਰਾਬ ਕਰੀ ਜਾਂਦੇ ਆ ਤੇ ਇਹਨਾਂ ਆਪਣੇ ਲੋਕਾਂ ਨੂੰ ਉੱਠਣਾ ਪੈਣਾ ਆ ਮਤਲਬ ਕਿ ਵੀ ਜੇ ਇਹਨਾਂ ਨੂੰ ਕੋਈ ਪਤਾ ਲੱਗਦਾ ਤੇ ਲੋਕਲ ਲਾ ਇਨਫੋਰਸਮੈਂਟ ਏਜੰਸੀ ਨਾਲ ਕੰਟੈਕਟ ਕਰੋ ਤਾਂ ਕਿ ਇਹਨਾਂ ਨੂੰ ਸਮੇਂ ਸਿਰ ਆਪਾਂ ਨੱਥ ਪਾਈ ਜਾਵੇ ਤੇ ਇਹ ਨਾ ਸਮਝਿਆ ਜਾਵੇ ਵੀ ਜੇ ਡਰੱਗ ਏਦਾਂ ਪੈਸੇ ਬਣਾਉਂਦੇ ਆ ਜਾਂ ਕਰਦੇ ਆ ਤੇ ਇਹ ਇਹ ਮਤਲਬ ਕਿ ਵੀ ਹੋ ਸਕਦਾ ਹੈ ਸੱਚੀ ਉਹ ਮਤਲਬ ਚੰਗਾ ਕੰਮ ਹੀ ਕੋਈ ਕਰਦੇ ਹੋਣੇ ਹੋ ਸਕਦਾ ਹੈ ਗਲਤ ਹੋਵੇ ਜਿਹੜਾ ਕਿ ਲਾ ਇਨਫੋਰਸਮੈਂਟ ਏਜੰਸੀ ਨੂੰ ਦੱਸੋ ਮਤਲਬ ਕਿ ਵੀ ਦੋ ਦੋ ਤਿੰਨ ਤਿੰਨ ਘਰ ਨੇੜੇ ਨੇੜੇ ਲੈ ਕੇ ਬੰਦਿਆਂ ਨੇ ਰੱਖੇ ਹੁੰਦੇ ਆ ਉਹਦਾ ਮਤਲਬ ਤਾਂ ਕੋਈ ਨਾ ਕੋਈ ਹੋਰ ਹੀ ਹੁੰਦਾ ਮਤਲਬ ਜ਼ਿਆਦਾ ਤਾਦਾਦ ਜਿਹੜੀ ਨਸ਼ੇ ਇਹ ਜਿਹੜੇ ਚਿੱਟਾ ਚੁੱਟਾ ਇੱਦਾਂ ਦੀਆਂ ਚੀਜ਼ਾਂ ਵਿਕ ਰਹੀਆਂ ਜਾਂ ਆਪਣੇ ਜਿਹੜੇ ਇੰਡੀਅਨ ਲੋਕ ਕਿਉਂਕਿ ਮੈਂ ਅੱਗੇ ਪਿੱਛੇ ਸੁਣਿਆ ਵੀ ਕੈਨੇਡਾ ਦੇ ਵਿੱਚ ਬਹੁਤ ਤਾਦਾਦ ਦੇ ਵਿੱਚ ਨਸ਼ਾ ਇੱਥੋਂ ਕੈਲੀਫੋਰਨੀਆ ਤੋਂ ਜਾ ਰਿਹਾ ਸੀਗਾ ਜਾਂ ਲੋਕ ਜਿੱਦਾਂ ਅਫੀਮ ਹੋ ਗਈ ਜਾਂ ਇੱਦਾਂ ਦੀਆਂ ਚੀਜ਼ਾਂ ਬਹੁਤ ਤਾਦਾਦ ਦੇ ਵਿੱਚ ਜਾ ਰਹੀਆਂ ਸੀ ਕੈਨੇਡਾ ਦੇ ਵਿੱਚ ਵੀ ਛਾਪੇ ਪਏ ਸੀ ਅਤੇ ਸਾਡੇ ਇੱਥੇ ਜੁਬਾ ਸਿਟੀ ਦੇ ਵਿੱਚ ਵੀ ਛਾਪੇ ਪਏ ਸੀ ਕੈਨੇਡਾ ਤੋਂ ਜਿਹੜੀ ਡਰੱਗ ਇੱਧਰ ਆਉਂਦੀ ਹੈ ਇੱਧਰੋਂ ਪੈਸਾ ਉੱਧਰ ਨੂੰ ਜਾਂਦਾ ਹੈ ਅੱਛਾ ਜੀ ਇੱਧਰੋਂ ਪੈਸਾ ਜਾਂਦਾ ਹੈ ਠੀਕ 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 ਉੱਧਰੋਂ ਆ ਰਹੀ ਹੈ ਹਾਂ ਕਿਉਂਕਿ ਉੱਥੇ ਬਹੁਤ ਲਾ ਜਿਹੜੇ ਆ ਉਹ ਅਜੇ ਇੰਨੇ ਸਖਤ ਨੇਗੇ ਤੇ ਬਹੁਤ ਚੀਜ਼ਾਂ ਜਿਹੜੀਆਂ ਕੈਨੇਡਾ ਬਹੁਤ ਜ਼ਿਆਦਾ ਬਿਜ਼ਨਸ ਜਿਹੜਾ ਆ ਉਹ ਕਰ ਰਿਹਾ ਆ ਮਤਲਬ ਕਿ ਛੋਟੇ ਛੋਟੇ ਮੁਲਕਾਂ ਦੇ ਵਿੱਚੋਂ ਇੰਡੀਆ ਹੋ ਗਿਆ ਪਾਕਿਸਤਾਨ ਹੋ ਗਿਆ ਬੰਗਲਾਦੇਸ਼ ਹੋ ਗਿਆ ਹੋਰ ਅਫਗਾਨਿਸਤਾਨ ਹੋ ਗਿਆ ਹਾਂ ਸੌਫਟ ਹੈ ਉਹਨਾਂ ਦੇ ਜਿਹੜੇ ਲਾ ਹੈਗੇ ਆ ਹਾਂ ਉਹਦੇ ਲਾ ਜਿਹੜੇ ਬਹੁਤ ਸੌਫਟ ਹੈ ਤੇ ਇੰਨੀ ਫੋਰਸ ਵੀ ਹੈ ਨੀ ਦੁਨੀਆ ਵੀ ਇੰਨੀ ਹੈ ਨੀ ਪਰ ਇਹ ਆ ਵੀ ਆਪਣੇ ਚੰਦ ਬੰਦੇ ਜਿਹੜੇ ਆ ਉਹ ਇਸ ਚੀਜ਼ ਦਾ ਫਾਇਦਾ ਉਠਾ ਰਹੇ ਆ ਤੇ ਇਹ ਇਕੱਲੇ ਆਪਣੀ ਨੀ ਕਮਿਊਨਿਟੀ ਹੋਰ ਵੀ ਪਾਕਿਸਤਾਨ ਦੇ ਵੀ ਲੋਕ ਨਾਲ ਹੈਗੇ ਆ ਤੇ ਇਸ ਕਰਕੇ ਮਤਲਬ ਕਿ ਵੀ ਲੋਕਾਂ ਨੂੰ ਜਿਹਨਾਂ ਨੂੰ ਪਤਾ ਲੱਗਦਾ ਮਾੜਾ ਮੋਟਾ ਥੋੜਾ ਬਹੁਤਾ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਦੱਸਣਾ ਸ਼ੁਰੂ ਕਰਨ ਬਹੁਤ ਸਾਰੇ ਲੋਕ ਜਿਹੜੇ ਆ ਉਹ ਜ਼ਿਆਦਾਤਰ ਫਰੋਤੀਆਂ ਉੱਥੇ ਇੰਡੀਆ ਦੇ ਵਿੱਚ ਲੈਂਦੇ ਤੇ ਫੋਨ ਇੱਥੋਂ ਕਰਦੇ ਆ ਤੇ ਉਹ ਹੁਣ ਅੜਕੇ ਆ ਰਿਹਾ ਇਹ ਸ਼ਾਰਟਕੱਟ ਜਿਹੜਾ ਲੋਕ ਵਰਤ ਰਿਹਾ ਇਹ ਸ਼ਾਰਟਕੱਟ ਤੁਹਾਨੂੰ ਪਤਾ ਕਿਤੇ ਨਾ ਕਿਤੇ ਤੇ ਕੋਰਨਰ ਦੇ ਉੱਤੇ ਤੁਹਾਨੂੰ ਲੈ ਕੇ ਤਾਂ ਇਹਨੇ ਫਸਣਾ ਤਾਂ ਫਸਣਾ ਹੀ ਆ ਬੰਦੇ ਨੇ ਜਿਹੜੇ ਬੰਦੇ ਨੇ ਸ਼ਾਰਟਕੱਟ ਮਾਰਨੀ ਆ ਹਾਂ ਪਰਮਿੰਦਰ ਸਿੰਘ ਜੀ ਮੈਂ ਤਾਂ ਜਿੰਨੀ ਕੁ ਮੇਰੀ ਉਮਰ ਹੋ ਗਈ ਆ ਇੱਥੇ ਲਾ ਇਨਫੋਰਸਮੈਂਟ ਦੀ ਪਿੱਛੇ ਵੀ ਤੇ ਬਈ ਮੈਂ ਤਾਂ ਜਿੱਥੇ ਕੋਈ ਬਣਿਆ ਦੇਖਿਆ ਨੀ ਬਈ ਜੇ ਕੋਈ ਕਹਿ ਦੇਵੇ ਵੀ ਮੈਂ ਇਹ ਬੰਦਾ ਜਿਹੜਾ ਆ ਇਹ ਬਣਾ ਕੇ ਬਹੁਤ ਕੁਛ ਕਰ ਗਿਆ ਇਹੋ
ਕਿਤੇ 100 ਚੋਂ ਇੱਕ ਅੱਧਾ ਹੋਊਗਾ ਜਿਹੜਾ ਕੋਈ ਬਚ ਗਿਆ ਹੋਊਗਾ, ਪਰ ਇਹ ਆ ਵੀ ਮੈਂ ਸਾਰੇ ਹੀ ਉੱਠਦੇ ਵੀ ਬੜੀ ਤੇਜ਼ੀ ਨਾਲ ਦੇਖੇ ਆ ਤੇ ਜਾਂਦੇ ਵੀ ਥੱਲੇ ਬੜੀ ਤੇਜ਼ੀ ਨਾਲ ਜਾਂਦੇ ਬੜੀ ਛੇਤੀ। ਕਈ ਭਾਜੀ ਜਿੱਦਾਂ ਹੁਣ ਕਿਸੇ ਬੰਦੇ ਨੇ ਇੱਦਾਂ ਦੇ ਪੈਸੇ ਕਮਾ ਵੀ ਲਏ ਤੇ ਉਹ ਕਈ ਵਾਰ ਫਿਰ ਪਰਿਵਾਰ ਦੇ ਉੱਤੇ ਵੀ ਪੈ ਜਾਂਦਾ ਹੈ, ਕਿਉਂਕਿ ਇੱਦਾਂ ਦਾ ਪੈਸਾ ਜਦੋਂ ਘਰੇ ਲੈ ਕੇ ਜਾਣਾ ਤੇ ਉਹ ਨੁਕਸਾਨ ਤਾਂ ਕਿਤੇ ਕਿਤੇ ਕਰਨਾ ਹੀ ਹੈ ਇੱਦਾਂ ਦੇ ਪੈਸੇ ਨੇ। ਇਹ ਜਿਹੜਾ ਪੈਸਾ ਹੈ ਇਹੋ ਸੰਭਾਲਣਾ ਜਿਹੜਾ ਬਹੁਤ ਔਖਾ ਹੈ, ਬਹੁਤ ਔਖਾ ਬੰਦੇ ਦੀ ਰੂਟੀਨ ਜਿਹੜੇ ਐਕਸਪੈਂਸ ਆ ਉਹ ਵੱਧ ਜਾਂਦੇ ਆ, ਵੱਧ ਜਾਂਦੇ ਤੇ ਬਾਅਦ ਦੇ ਵਿੱਚ ਇਨਕਮ ਘੱਟ ਜਾਂਦੀ ਹੈ ਜਦੋਂ ਆਪ ਪਿੱਛੇ ਨੂੰ ਹਟਦਾ, ਮੁੜ ਕੇ ਖਰਚੇ ਜਿਹੜੇ ਉੱਡੇ ਗੁੱਡੇ ਰਹਿੰਦੇ ਆ ਗਵਰਨਮੈਂਟ ਹੈ। 2 ਮਿੰਟ ਚ ਫਿਗਰ ਆਊਟ ਕਰ ਲੈਂਦੀ ਹੈ ਬੰਦਿਆਂ ਨੂੰ ਜਦੋਂ ਇੱਦਾਂ ਦਾ ਪੈਸਾ ਅਕਾਊਂਟ ਵਿੱਚ ਆਉਂਦਾ ਹੈ ਵੀ ਬੰਦਾ ਜ਼ਿਆਦਾ ਪੈਸੇ ਖਰਚ ਰਿਹਾ, ਮਤਲਬ 2 ਮਿੰਟ ਚ ਹਰੇਕ ਚੀਜ਼ ਤਾਂ ਇੱਥੇ ਪਤਾ ਲੱਗ ਜਾਂਦੀ ਹੈ ਵੀ ਇਹ ਤਰੀਕੇ ਨਾਲ ਸਹੀ ਤਰੀਕੇ ਨਾਲ ਪੈਸਾ ਆਇਆ ਜਾਂ ਗਲਤ ਤਰੀਕੇ ਨਾਲ ਆਇਆ, ਵੀ ਮਤਲਬ ਭੱਜ ਨਹੀਂ ਸਕਦਾ ਕੋਈ ਵੀ ਬੰਦਾ। ਮੈਂ ਮਤਲਬ ਕਿ ਵੀ ਇੱਥੇ ਸਿਰਫ ਇੱਕੋ ਹੀ ਗੱਲ ਦੱਸ ਦੇਣੀ ਚਾਹੁੰਦਾ ਵੀ ਜਿੰਨੇ ਵੀ ਇੱਥੇ 33 ਕਰੋੜ 32 ਕਰੋੜ ਬੰਦਾ ਰਹਿੰਦਾ ਆ, ਹਰੇਕ ਬੰਦੇ ਦੀ ਇੱਕ ਇੱਕ ID, ਇੱਕ ਇੱਕ ਚੀਜ਼ ਜਿਹੜੀ ਆ ਉਹ ਗੌਰਮੈਂਟ ਦੇ ਕੋਲ ਪਈ ਆ, ਪਈ ਆ, ਸਮਝੇ ਨਾ, ਤੇ ਹਰੇਕ ਬੰਦਾ ਅਕਾਊਂਟੇਬਲ ਆ। ਵੀ ਇਹ ਨਾ ਕਿਤੇ ਸਮਝਣ ਯਾਰ ਮੈਨੂੰ ਕਿਹੜਾ ਕੋਈ ਦੇਖਦਾ ਇੱਥੇ ਕਰਦੀ, ਇਹ ਪਤਾ ਨੀ ਕੋਈ ਵੀ ਖਰੇ ਮੂਹਰੇ ਕੋਈ ਬੈਠਾ ਹੋਣਾ। ਸਾਡੇ ਇੱਥੇ ਇੱਕ ਪਿੱਛੇ ਜੇ ਕੇਸ ਹੋਇਆ ਸੀਗਾ, ਉਹ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ, ਪਰ ਸਾਡਾ ਇੱਕ ਪੰਜਾਬੀ ਸੀ, ਉਹਦੇ ਕੋਲ ਕਿਸੇ ਉਹਦੇ ਰਿਸ਼ਤੇਦਾਰ ਨੇ $1,00,000 ਦਿੱਤਾ ਵੀ ਤੂੰ $1,00,000 ਰੱਖ ਲਾ, ਅਤੇ ਉਹ ਮਗਰੋਂ ਜਦੋਂ ਕਿਤੇ ਉਹਨੇ ਖਰਚੇ ਖੁਰਚੇ ਆਉਣਾ ਅਤੇ ਪਤਾ ਲੱਗ ਗਿਆ ਕਿਤੇ IRS ਨੂੰ ਉਹਨੇ ਟੈਕਸ ਨਹੀਂ ਭਰਿਆ, ਅਤੇ ਉਹਨੇ ਹੁਣ ਦਿਖਾਉਣਾ ਸੀ ਵੀ ਇਹ ਪੈਸਾ ਆਇਆ ਕਿੱਥੋਂ, ਅਤੇ ਉਹਨੇ ਕਿਹਾ ਵੀ ਮੇਰੇ ਬ੍ਰਦਰ ਲਾਅ ਨੇ ਦਿੱਤਾ, ਉਹ ਮੁੱਕਰ ਗਿਆ ਮਗਰੋਂ, ਅਤੇ ਉਹ ਫਸ ਗਿਆ ਬੰਦਾ, ਅਤੇ ਉਹ ਹੁਣ ਦੱਸੇ ਕਿੱਥੋਂ ਵੀ ਪੈਸਾ ਆਇਆ। ਬੈਡ ਦੇ ਵਿੱਚ ਲੁਕੋ ਲਿਆ, ਉਹਨਾਂ ਨੇ ਕਿਹਾ ਵੀ ਤੁਸੀਂ ਇੰਨਾ ਪੈਸਾ ਲੁਕੋ ਕੇ ਰੱਖਿਆ ਬੈਂਕ ਚ ਕਿਉਂ ਨੀ ਰੱਖਿਆ, ਮਤਲਬ ਬਹੁਤ ਜ਼ਿਆਦਾ ਚਾਰਜਸ ਪੈ ਜਾਣੇ ਉਹਦੇ ਉੱਤੇ। ਹਾਂ, ਇਹ ਤਾਂ ਇੱਥੇ ਬਹੁਤ ਸਾਰੇ ਆਪਣੇ ਇੰਡੀਅਨ ਜਿਹੜੇ ਆ ਜਿਹੜੇ ਲੋਕ ਵੈਲਫੇਅਰ ਤੇ ਵੀ ਆ, ਮਤਲਬ ਕਿ ਕਈ ਲੋਕ ਜਿਹੜੇ ਆਪਣੇ ਕੋਲ ਕੈਸ਼ ਪੈਸਾ ਰੱਖ ਕੇ, ਪਰ ਉਹਨਾਂ ਨੂੰ ਇਹ ਨੀ ਪਤਾ ਵੀ ਜੇ ਕਿਤੇ ਉਹੋ ਜਿਹੀ ਗੱਲਬਾਤ ਹੋਈ, ਕੋਈ ਚੋਰੀ ਹੋ ਗਈ ਜਾਂ ਗੱਲ ਹੋ ਗਈ, ਮੁੜ ਕੇ ਪੈਸਾ ਉਹਦੇ ਹੱਥ ਲੱਗਣਾ, ਰਿਪੋਰਟ ਕਰਨ ਜੋਗਾ ਵੀ ਨਹੀਂ ਰਹਿੰਦਾ ਬੰਦਾ। ਹਾਂ, ਫਿਰ ਕਿਉਂਕਿ ਜਿਹੜਾ ਬੰਦਾ ਅੰਦਰੋਂ ਚੋਰ ਹੁੰਦਾ ਤੇ ਫਿਰ ਉਹ ਕੀ ਕਹੂਗਾ ਵੀ ਮੈਂ ਆਹ ਚੀਜ਼ ਮੈਂ ਨਹੀਂ ਕੀਤੀ ਜੀ। ਸੋ ਇਹ ਜਿਹੜਾ ਕੱਲ ਨੂੰ ਫਿਰ ਆਪਾਂ ਨੂੰ ਧਮਾਕਾ ਪਊਗਾ, ਕੱਲ ਨੂੰ ਖਬਰ ਪਤਾ ਲੱਗੂਗਾ ਵੀ ਕੀ, ਕੱਲ ਨੂੰ ਹੋ ਜਾਣੀ ਸਾਰੇ ਰਿਲੀਜ਼ ਹੋ ਜਾਣੀ। ਮੈਂ ਤਾਂ ਆਪਣੇ ਬੰਦਿਆਂ ਨੂੰ ਖਾਸ ਕਰਕੇ ਕਹਿਣਾ ਆ ਕਿ ਤੁਸੀਂ ਹਾਂ ਤੇ ਇਹਨੂੰ ਬ੍ਰੇਕ ਕਰੋ ਇਸ ਨਿਊਜ਼ ਨੂੰ, ਤਾਂ ਲੋਕਾਂ ਤੇ ਆਮ ਪਹੁੰਚੇ, ਇਹਨਾਂ ਲੋਕਾਂ ਨਾਲ ਦੇਖਿਆ ਜਾਵੇ ਕਿੱਡੀ ਛੇਤੀ ਅਮੀਰ ਕਿੱਡੀ ਛੇਤੀ ਕਿੱਡੀ ਕਿੱਡੀਆਂ ਕਾਰਾਂ ਕਿੱਡੀ ਕਿੱਡਾ ਕਿੱਡਾ ਸਮਾਨ ਲੈਂਦੇ ਆ, ਬੰਦੇ ਨੂੰ ਪਤਾ ਤਾਂ ਲੱਗਦਾ ਹੀ ਆ, ਪਰ ਇਹ ਆ ਵੀ ਹਾਂ ਲਾ ਇਨਫੋਰਸਮੈਂਟ ਨੂੰ ਟਾਈਮ ਲੱਗ ਜਾਂਦਾ ਪਤਾ ਕਰਨ ਲਈ, ਕੰਮ ਕਰਨ ਲਈ, ਸਾਰੇ ਪ੍ਰੂਫ ਲੈਣ ਲਈ। ਹੁਣ ਜਿੰਨੀਆਂ ਵੀ ਸ਼ੂਟਿੰਗਾਂ ਹੁੰਦੀਆਂ ਆ, ਅਕਸਰ 30-35 ਗੰਨਾਂ ਫੜ ਹੋਈਆਂ ਅੱਜ, ਤੇ ਉਹ ਮਤਲਬ ਕਿ ਕਿਤੇ ਉਹਨੂੰ ਕਿਤੇ ਤੇ ਨਾ ਕਿਤੇ ਯੂਜ਼ ਕਰਦੇ ਹੀ ਆ। ਆਪਾਂ ਕੱਲ ਹੀ ਅਜੇ ਗੰਨਾਂ ਦੀ ਗੱਲ ਕਰਦੇ ਸੀ, ਕੱਲ ਹੀ ਕਰਦੇ ਸੀ ਵੀ ਗੰਨ ਜਿਹੜੀ ਆ ਉਹ ਬੰਦਾ ਮਾਰਨ ਲਈ ਰੱਖੀ ਹੋਈ ਆ। ਮੇਰੇ ਤਾਂ ਦਿਮਾਗ ਦੇ ਵਿੱਚ ਉਹ ਗੱਲ ਬਹਿ ਗਈ ਵੀ ਜੇ ਕਿਸੇ ਬੰਦੇ ਨੇ ਗੰਨ ਰੱਖਣੀ ਇਹਦਾ ਮਤਲਬ ਬੰਦਾ ਮਾਰਨ ਲਈ ਉਹ ਗੰਨ ਰੱਖੀ ਹੋਈ ਆ। ਹਾਂ, ਤੇ ਜਿਹੜੇ ਬੰਦੇ ਨੇ ਨਾ ਰੱਖੀ ਹੈ ਤੇ ਉਹ ਸਹੀ ਤਰੀਕੇ ਦੀਆਂ ਗੰਨਾਂ ਤਾਂ ਹੋਣੀਆਂ ਨਹੀਂ ਆ, ਗਲਤ ਹੋਊਗੀਆਂ ਤੇ ਫਸ ਗਏ। ਹੁਣ ਜੇ ਕੋਈ ਜੁਰਮ ਕੀਤਾ ਹੋਊ ਜਾਂ ਨਹੀਂ ਕੀਤਾ ਫਿਰ ਵੀ ਫਸ ਜਾਣੇ। ਹੁਣ ਤਾਂ ਇਹ ਆ ਨਾਲ ਨਾ ਕਈ ਜਿਹੜੇ ਹੈਗੇ ਬੰਦੇ ਉਹਨਾਂ ਤੇ ਫੈਡਰਲ ਚਾਰਜਸ ਲੱਗਣੇ ਆ, ਕਿਉਂਕਿ ਉਹ ਵੱਖਰੀ ਵੱਖਰੀ ਸਟੇਟ ਥਾਣੀ ਉਹ ਲੰਘਦੇ ਰਹੇ ਆ, ਕਰਦੇ ਰਹੇ ਆ, ਡੀਲ ਕਰਦੇ ਰਹੇ ਆ, ਤੇ ਇਸ ਕਰਕੇ ਮਤਲਬ ਕਿ ਇਸ ਚੀਜ਼ ਦਾ ਖਾਸ ਖਿਆਲ ਆਪਣੀ ਕਮਿਊਨਿਟੀ ਨੂੰ ਰੱਖਣਾ ਪੈਣਾ, ਸਪੈਸ਼ਲੀ ਜਿਹੜੇ ਆਪਣੇ ਇਵੈਂਟਸ ਕਰਾਉਂਦੇ ਆ ਨਾ, ਜਿੱਦਾਂ ਕੋਈ ਜਲੂਸ ਵਗੈਰਾ ਕੱਢਦੇ ਆ, ਕੋਈ ਪਰੇਡ ਵਗੈਰਾ ਕੱਢਦੇ ਆ, ਜਿਹੜੇ ਉੱਥੇ ਦੇ ਹੈਗੇ ਆ ਆਪਣੇ ਪ੍ਰਬੰਧਕ ਆ, ਉਹਨਾਂ ਨੂੰ ਇਹ ਚੀਜ਼ ਸੋਚ ਕੇ ਰੱਖਣੀ ਚਾਹੀਦੀ ਵੀ ਉਹ ਆਪਣਾ ਇਨਫ ਬੰਦੋਬਸਤ ਰੱਖਣ, ਵੀ ਆਪਣੇ ਸੀਕਰਟ ਬੰਦੇ ਵੀ ਵਿੱਚ ਲਾ ਕੇ ਰੱਖਣ, ਜਿਹੜੇ ਕਿ ਇਹਨਾਂ ਦੇ ਕੁਛ ਇੱਦਾਂ ਦੇ ਹੈਪਨ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਫੜਿਆ ਜਾਵੇ।
ਅੱਛਾ ਜੀ ਠੀਕ ਆ ਜਿੱਦਾਂ ਹੁਣ ਜੂਬਾ ਸਿਟੀ ਉੱਥੇ ਸੈਕਰਾਮੈਂਟੋ ਹੋਇਆ ਉੱਥੇ ਦੇਖ ਲਓ ਤੁਸੀਂ ਉਹ ਮੁੰਡਾ ਪੈਰਾਲਾਈਜ਼ਡ ਹੋਇਆ ਅੱਛਾ ਤੇ ਮਤਲਬ ਜਿਹਦੇ ਗੋਲੀ ਲੱਗੀ ਆ ਠੀਕ ਆ ਤੇ ਮਤਲਬ ਇਸ ਗੱਲ ਦਾ ਆ ਬਈ ਇਹ ਚੀਜ਼ਾਂ ਜਿਹੜੀਆਂ ਇੱਕਦਮ ਤਾਂ ਹੋਈਆਂ ਨੀ ਲੜਾਈ ਤਾਂ ਉਹਨਾਂ ਦੀ ਪਹਿਲਾਂ ਹੋਈ ਇੱਕ ਦਿਨ ਪਹਿਲਾਂ ਕਿਸੇ ਨੇ ਵੀ ਨਹੀਂ ਰਿਪੋਰਟ ਕੀਤੀ ਕਿਸੇ ਨੇ ਦੱਸਿਆ ਨੀ ਗਵਰਨਮੈਂਟ ਨੂੰ ਦੱਸਿਆ ਨੀ ਕਿਸੇ ਨੇ ਉਦੋਂ ਪਹਿਲਾਂ ਹੋਈ ਸੀਗੀ ਇੱਕ ਟੂਰਨਾਮੈਂਟ ਤੇ ਲੜਾਈ ਉਦੋਂ ਵੀ ਬੰਦਾ ਮਰਿਆ ਸੀਗਾ ਉਦੋਂ ਵੀ ਇੱਕ ਦਿਨ ਪਹਿਲਾਂ ਲੜਾਈ ਹੋਈ ਆ ਕਿਸੇ ਨੇ ਨੀ ਰਿਪੋਰਟ ਕੀਤੀ ਇਹ ਆਪਣੇ ਬੰਦੇ ਡਰ ਜਾਂਦੇ ਆ ਜਾਂ ਵੈਸੇ ਨੀ ਰਿਪੋਰਟ ਕਰਦੇ ਵੀ ਅਸੀਂ ਖਾਂ ਖਮਾਂ ਦੀ ਲੜਾਈ ਆਪਦੇ ਗਲ ਕਿਉਂ ਪਾਈਏ ਆਪਣੇ ਇੱਥੇ ਲੋਕਾਂ ਨੂੰ ਥੋੜਾ ਜਿਹਾ ਇਹ ਹੈਗਾ ਵੀ ਪਤਾ ਨੀ ਖਰੇ ਮੈਂ ਜੇ ਰਿਪੋਰਟ ਕਰਤੀ ਤੇ ਮੇਰਾ ਨਾਂ ਜਿਹੜਾ ਪੁਲਿਸ ਵਾਲਿਆਂ ਨੇ ਉੱਥੇ ਲੈ ਦੇਣਾ ਹੈ ਤੇ ਬਈ ਹੋ ਸਕਦਾ ਦੂਜੇ ਬੰਦੇ ਮੈਨੂੰ ਤੰਗ ਕਰਨ ਆ ਕੇ ਪਰ ਮੈਂ ਤੁਹਾਨੂੰ ਇਹ ਗੱਲ ਇੱਥੇ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਵੀ ਮਤਲਬ ਕਿ ਤੁਸੀਂ ਰਿਪੋਰਟ ਜਿਹੜੀ ਕਰਨੀ ਆ ਤੁਸੀਂ ਪੁਲਿਸ ਅਫਸਰ ਨੂੰ ਦੱਸ ਦਿਓ ਵੀ ਮੈਂ ਨੀ ਆਪਣਾ ਨਾਂ ਦੇਣਾ ਆਹ ਇਨਫੋਰਮੇਸ਼ਨ ਆ ਤੁਸੀਂ ਇਹਦੇ ਜੋ ਕਰਨਾ ਕਰ ਲਓ ਕਰ ਲਓ ਵੀ ਮਤਲਬ ਮੈਂ ਤੁਹਾਨੂੰ ਜਾਣਕਾਰੀ ਦੇਤੀ ਆ ਜਾਣਕਾਰੀ ਦੇਤੀ ਤੇ ਇਹਦੇ ਨਾਲ ਉਹ ਬੰਦੇ ਦੇ ਉੱਤੇ ਕੋਈ ਟਰਬਲ ਤਾਂ ਨਹੀਂ ਹੁੰਦੀ ਬੰਦਾ ਜਿਹੜਾ ਦੱਸਦਾ ਕੁਛ ਨਹੀਂ ਉਹ ਬੰਦੇ ਦਾ ਨਾਂ ਤੱਕ ਨਹੀਂ ਆਉਂਦਾ ਬਾਹਰ ਮਤਲਬ ਤੁਸੀਂ ਕਹਿ ਦਿੰਦੇ ਆ ਇਹ ਅਨਾਨਮਸ ਕਾਲ ਕਰ ਕੀਤੀ ਆ ਤੇ ਉਹਦਾ ਇਹ ਮਤਲਬ ਉਹਨਾਂ ਨੇ ਵੀ ਨਹੀਂ ਪੁੱਛਣਾ ਨਾਂ ਸਾਨੂੰ ਦੱਸ ਉਹਨਾਂ ਨੇ ਇਹ ਕਹਿਣਾ ਠੀਕ ਹੈ ਅਸੀਂ ਅਨਾਨਮਸ ਕਰਕੇ ਪਾ ਦਿੰਦੇ ਹਾਂ ਤੇ ਉਹ ਬੰਦੇ ਉੱਥੇ ਰਹਿ ਜਾਂਦਾ ਕੰਮ ਠੀਕ ਠੀਕ ਮਤਲਬ ਇਹ ਇਹ ਬਹੁਤ ਜ਼ਰੂਰੀ ਹੈ ਵੀ ਜੇ ਤੁਸੀਂ ਕੋਈ ਵਿਟਨੈਸ ਇੱਦਾਂ ਦੀ ਚੀਜ਼ ਕਰਦੇ ਆ ਤਾਂ ਜ਼ਰੂਰ ਰਿਪੋਰਟ ਕਰਿਆ ਕਰੋ ਦੱਸਿਆ ਕਰੋ ਪੁਲਿਸ ਨੂੰ ਵੀ ਆਹ ਤੁਸੀਂ ਦੇਖਿਆ ਆ ਵੀ ਸ਼ਾਇਦ ਇਹ ਕੁਛ ਗਲਤ ਹੋ ਸਕਦਾ ਜਾਂ ਕਿਸੇ ਕੋਈ ਬੰਦਾ ਗਨ ਲੈ ਕੇ ਭੱਜਿਆ ਜਾਂਦਾ ਦਿਖਿਆ ਤੁਸੀਂ ਜਾਂ ਕੋਈ ਇੱਦਾਂ ਦੀ ਚੀਜ਼ ਦੇਖੀ ਦੱਸਣਾ ਤਾਂ ਚਾਹੀਦਾ ਗਾਂ ਉਦੋਂ ਪੁਲਿਸ ਦਾ ਕੰਮ ਹੈ ਉਹਨਾਂ ਨੇ ਕੀ ਕਰਨਾ ਜਾਂ ਉਸ ਨੂੰ ਕਿੱਦਾਂ ਨਜਿੱਠਣਾ ਹੈ ਕਿਸੇ ਚੀਜ਼ ਨੂੰ ਗਨ ਦੇਖਦੇ ਆ ਬੇਲੋੜਾ ਪੈਸਾ ਬੰਦਾ ਖਰਚਦਾ ਆ ਉਹ ਦੇਖਦੇ ਆ ਕੋਈ ਲੜਾਈ ਦੇ ਵਿੱਚ ਇਨਵੋਲਵ ਬੰਦੇ ਦੇਖਦੇ ਆ ਤੁਸੀਂ ਸੁਣਦੇ ਆ ਕਿਸੇ ਕੋਲੋਂ ਜੇ ਲਾ ਇਨਫੋਰਸਮੈਂਟ ਨੂੰ ਪਤਾ ਹੋਊਗਾ ਤਾਂ ਉਹ ਪਹਿਲਾਂ ਹੀ ਕੋਈ ਨਾ ਕੋਈ ਉਹਦਾ ਬੰਦੋਬਸਤ ਕਰਕੇ ਰੱਖੂਗੀ ਤੁਹਾਨੂੰ ਵੀ ਜੇ ਜਦੋਂ ਤੁਸੀਂ ਇਹ ਪਰੇਡ ਦਾ ਕਰਦੇ ਤੁਸੀਂ ਆਪਣੇ ਖਰਚੇ ਬਚਾਉਂਦੇ ਆ ਪੈਸੇ ਤੁਸੀਂ ਲੋਕਾਂ ਤੋਂ ਲੈਂਦੇ ਆ ਪਰ ਤੁਸੀਂ ਉਹਨਾਂ ਨੂੰ ਉਹ ਜਿਹਾ ਮਾਹੌਲ ਨਹੀਂ ਦਿੰਦੇ ਤੁਹਾਨੂੰ ਜਿੱਥੇ ਸਿਕਿਉਰਿਟੀ ਗਾਰਡ ਜੇ ਪੁਲਿਸ ਵਾਲੇ 10 ਬੰਦੇ ਕਹਿੰਦੇ ਆ ਤਾਂ ਤੁਸੀਂ 15 ਲੈ ਕੇ ਰੱਖੋ ਤਾਂ ਕਿ ਉਹਨੂੰ ਟਾਈਮ ਸਿਰ ਚੀਜ਼ ਨੂੰ ਸਾਂਭਿਆ ਜਾ ਸਕੇ ਹਾਂਜੀ ਤੇ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਜਾਂ ਕੋਈ ਗੱਲਬਾਤ ਨਹੀਂ ਉਹਦੇ ਨਾਲ ਇਕੱਲੀ ਉਹੀ ਬਦਨਾਮੀ ਨਹੀਂ ਹੁੰਦੀ ਸਾਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ ਯਾਰ ਇਹਨਾਂ ਦੇ ਕੰਮ ਇਹਨਾਂ ਦੇ ਪਰੇਡਾਂ ਦੇ ਵਿੱਚ ਤਾਂ ਲੜਾਈ ਹੁੰਦੀ ਰਹੀ ਸਮਝਦੇ ਨੇ ਬਾਹਰਲੇ ਲੋਕ ਜਿਹੜੇ ਇੰਜੋਏ ਕਰਦੇ ਆ ਆਪਣੇ ਫੂਡ ਨੂੰ ਆ ਕੇ ਆਪਣੇ ਲੋਕਾਂ ਨੂੰ ਦੇਖਦੇ ਆ ਵੀ ਕਿੱਦਾਂ ਆਪਾਂ ਇਕੱਠੇ ਰਹਿੰਦੇ ਆ ਤੇ ਉਹ ਫਿਰ ਬਾਹਰਲੀ ਕਮਿਊਨਿਟੀ ਜਿਹੜੀ ਉਹ ਆਪਣੇ ਵਿੱਚ ਆਉਣੀ ਹਟ ਜਾਂਦੀ ਸਹੀ ਗੱਲ ਹੈ ਅਗਲੇ ਕਹਿ ਦਿੰਦੇ ਵੀ ਪਤਾ ਹੀ ਨਹੀਂ ਵੀ ਇੱਥੇ ਕਦੇ ਗੋਲੀ ਕਦੋਂ ਚੱਲ ਜਾਣੀ ਜਾਂ ਕਿਰਪਾਨ ਕਦੋਂ ਕੱਢ ਲੈਣੀ ਤੁਹਾਡੇ ਹਿਸਾਬ ਦੇ ਨਾਲ ਆਪਣੇ ਕੋਲ ਗੁਰੂ ਘਰਾਂ ਦੇ ਆਪਣੇ ਸੇਵਾਦਾਰ ਵੀ ਹੋਣੇ ਚਾਹੀਦੇ ਜਿਹਨਾਂ ਦੀ ਅੱਖ ਇੱਦਾਂ ਦੀ ਚੀਜ਼ ਦੀ ਦੇਖਦੇ ਹੋਣ ਜਿਹੜੇ ਉਹ ਇਕੱਲੇ ਵਾਚ ਹੀ ਕਰਦੇ ਹੋਣ ਵੀ ਕੀ ਕੁਛ ਹੋ ਰਿਹਾ ਉਹਨਾਂ ਨੂੰ ਸਪੈਸ਼ਲ ਵਿੱਚ ਆਪਣੇ ਨਿਆਣੇ ਛੱਡਣੇ ਚਾਹੀਦੇ ਆ ਜਿਹਨਾਂ ਨੂੰ ਉਹਨਾਂ ਨੇ ਸਿਰਫ ਰੈਕੋਗਨਾਈਜ਼ ਕੀਤਾ ਹੋਵੇ ਉਹ ਜਿਹੜੇ ਆ ਸਰਟਨ ਬੰਦਿਆਂ ਨੂੰ ਆਪਣੀ ਰਿਪੋਰਟ ਵਿੱਚੋਂ ਵਿੱਚ ਹੀ ਕਰਦੇ ਰਹਿਣ ਜਾਂ ਲੜਾਈ ਹੋਣ ਦਾ ਡਰ ਹੈ ਯਾਰ ਆਪਸ ਵਿੱਚ ਵਰਬਲੀ ਹੋ ਗਈ ਆ ਜਾਂ ਕੋਈ ਗੱਲਬਾਤ ਹੋ ਗਈ ਜਾਂ ਇੱਦਾਂ ਦਾ ਕੁਛ ਨਾ ਕੁਛ ਦੱਸਦੇ ਰਹਿਣ ਇਹ ਪ੍ਰਬੰਧਕਾਂ ਨੇ ਹੀ ਬੰਦੋਬਸਤ ਕਰਨਾ ਹੁੰਦਾ ਜੇ ਤੁਹਾਡੇ ਚ ਹਿੰਮਤ ਹੈ ਨੀ ਤਾਂ ਕਰੋ ਨਾ ਤੁਹਾਨੂੰ ਸ਼ਾਇਦ ਇੱਕ ਖਬਰ ਦਾ ਚੇਤਾ ਹੋਊਗਾ ਆਪਣੇ ਲਿਵਿੰਗਸਟਨ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਸੀਗਾ ਤੇ ਮੈਂ ਵੀਡੀਓ ਬਣਾ ਰਿਹਾ ਸੀਗਾ ਤੇ ਕਈ ਮੁੰਡੇ ਮੈਨੂੰ ਥਾਂ ਥਾਂ ਦੇ ਉੱਤੇ ਘੇਰ ਰਹੇ ਸੀਗੇ ਤੇ ਮੈਂ ਤੁਹਾਨੂੰ ਕਾਲ ਕੀਤੀ ਵੀ ਭਾਜੀ ਆਹ ਮੁੰਡੇ ਘੇਰ ਰਿਹਾ ਤੇ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਤੇ ਘੇਰਿਆ ਤੇ ਉਹਨਾਂ ਕੋਲ ਕਿੰਨੀਆਂ ਕਿਰਪਾਨਾਂ ਤੇ ਡੰਡੇ ਸੋਟੇ ਮਿਲੇ ਸੀ ਉਹਨਾਂ ਦੇ ਕੋਲੋਂ ਟਾਈਮ ਸਿਰ ਫੜਿਆ ਗਿਆ ਸਾਰਾ ਕੁਛ ਹਾਂਜੀ ਟਾਈਮ ਸਿਰ ਫੜੇ ਗਏ ਹਾਂ ਤੇ ਕੀ ਪਤਾ ਉਹਨਾਂ ਕੋਲ ਇਦਾਂ ਦਾ ਹਥਿਆਰ ਹੋਵੇ ਐਗਜ਼ਾਮਪਲ ਮੈਂ ਦੇਣੀ ਚਾਹੁੰਦਾ ਹਾਂ ਲਿਵਿੰਗਸਟਨ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਲਾਗੇ ਗੁਆਂਢੀ ਆ ਕੋਈ ਗੋਰਾ ਜਾਂ ਕੋਈ ਹੋਰ ਕਮਿਊਨਿਟੀ ਦਾ ਬੰਦਾ ਰਹਿੰਦਾ ਹੈ ਹਾਂਜੀ ਉਹ ਇਹਨਾਂ ਪ੍ਰਬੰਧਕਾਂ ਤੋਂ ਦੁਖੀ ਹੋ ਕੇ ਗੁਰਦੁਆਰੇ ਤੋਂ ਦੁਖੀ ਹੋ ਕੇ ਉਹਨੇ ਇਹ ਕੀਤਾ ਆ ਵੀ ਮੇਰੀ ਪ੍ਰਾਪਰਟੀ ਦੇ ਆਲੇ ਦੁਆਲੇ ਕੋਈ ਬੰਦਾ ਕਾਰ ਨਾ ਖੜੀ ਕਰੇ ਅੱਛਾ ਜੀ ਉਹ ਬੰਦਾ ਅੱਜ ਵੀ ਉਹ ਇਹਨਾਂ ਨੂੰ ਕਾਰ ਨੀ ਖੜੀ ਕਰਨ ਦਿੰਦਾ ਆਪਣੇ ਪਾਸੇ ਤੇ ਉਹਦਾ ਮਤਲਬ ਸਿਰਫ ਇਹੋ ਹੀ ਆ ਵੀ ਉਸ ਬੰਦੇ ਨੂੰ ਇੰਨੀ ਹੇਟ ਹੋ ਚੁੱਕੀ ਸਾਡੇ ਤੋਂ ਵੀ ਉਹ ਕਹਿੰਦਾ ਵੀ ਮੇਰੇ ਨੇੜੇ ਵੀ ਨਾ ਲੱਗਣੇ ਕਰਦੇ ਕੀ ਸੀਗੇ ਕਾਰਾਂ ਖੜੀਆਂ ਕਰਕੇ ਤਾਂ ਮੌਤ ਉਹਦੇ ਖੱਤੇ ਚ ਇਹ ਵੀ ਚੀਜ਼ ਪਲੱਸ ਜੇ ਕਿਸੇ ਦਾ ਕੋਈ ਘਾਹ ਆ ਵਿਚਾਰੇ ਦਾ ਉਹਦੀ ਘਾਹ ਦੇ ਉੱਤੋਂ ਦੀ ਤੁਰ ਜਾਣਾ ਉਹਦਾ ਘਾਹ ਖਰਾਬ ਕਰ ਦੇਣਾ ਜਾਂ ਉੱਤੇ ਗੰਦ ਪਾ ਦੇਣਾ ਮਤਲਬ ਇਹ ਗਲਤ ਚੀਜ਼ਾਂ ਆ ਭਾਜੀ
ਹਾਂ ਤੇ ਇਹ ਜਿਹੜੇ ਪ੍ਰਬੰਧਕਾਂ ਦਾ ਕੰਮ ਹੈ ਵੀ ਆ ਵਾਰ ਵਾਰ ਤੁਸੀਂ ਅਨਾਉਂਸਮੈਂਟ ਕਰੋ, ਲੋਕਾਂ ਨੂੰ ਜਾਗਰੂਕ ਕਰੋ। ਕਈਆਂ ਨੂੰ ਨਹੀਂ ਹੋ ਸਕਦਾ, ਨਿਆਣੇ ਕਿਸੇ ਨੂੰ ਇੰਡੀਆ ਤੋਂ ਨਵਾਂ ਆਇਆ ਨਹੀਂ ਪਤਾ, ਉਹ ਵੱਖਰੀ ਗੱਲ ਆ, ਪਰ ਤੁਸੀਂ ਵੀ ਆਪਣੇ ਨਾਲ ਗਰਬੇਜ ਵਾਲੇ ਕੈਨ ਨਾਲ ਕੁਛ ਨਾ ਕੁਛ ਲੈ ਕੇ ਤੁਰੋ। ਬੈਥਰੂਮ ਹੋਣੇ ਬਾਥਰੂਮ ਚਾਹੀਦੇ ਜਿਹੜੇ ਆ ਨਾ ਰੱਖੋ, ਮਤਲਬ ਕਿ ਤਾਂ ਕਿ ਲੋਕਾਂ ਨੂੰ ਇਸ ਗੱਲ ਦੀ ਤਕਲੀਫ਼ ਨਾ ਹੋਵੇ। ਤੇ ਉਹਦੇ ਨਾਲ ਕੀ ਹੈ, ਚਲੋ ਦੇਖਣਗੇ, ਮੁੜ ਕੇ ਪੁਲਿਸ ਵਾਲਾ ਵੀ ਕਹਿਣ ਨੂੰ ਬਣਦਾ ਯਾਰ ਬਾਥਰੂਮ ਸਾਹਮਣੇ ਆ ਰਿਹਾ ਕੁਛ ਕਰ ਲਓ। ਯਾ ਜਿੱਦਾਂ ਹੁਣ ਐਡਾ ਵੱਡਾ ਨਗਰ ਕੀਰਤਨ ਨਿਕਲਦਾ ਜੁੱਬਾ ਸਿਟੀ ਜਾਂ ਲਿਵਿੰਗਸਟਨ ਜਾਂ ਕਿਤੇ ਵੀ ਫਰੈਜ਼ਨੋ ਲਾ ਲਓ, ਤੇ ਨਾਲ ਨਾਲ ਇੱਕ ਪਿਕਅਪ ਦੇ ਜਿਹੜਾ ਰੈਸਟ ਰੂਮ ਹੈ ਨਾਲ ਨਾਲ ਟ੍ਰੇਲਰ ਉਹ ਜਾਂ ਖਿੱਚ ਕੇ ਲਿਜਾ ਸਕਦੇ, ਪਹਿਲਾਂ ਉਸ ਰੂਟ ਤੇ ਰਖਾ ਦਿਓ ਨਾ, ਰਖਾ ਦਿਓ। ਹਾਂ ਇਹ ਵੀ ਬਹੁਤ ਵਧੀਆ ਚੀਜ਼ ਹੈ, ਰਖਵਾ ਦਿਓ, ਨਾਲੇ ਫਾਇਦਾ ਹੋਊ ਕਮਿਊਨਿਟੀ ਨੂੰ। ਹਾਂ ਮਤਲਬ ਕਿਉਂਕਿ ਕਿੰਨੇ ਬਜ਼ੁਰਗ ਹੁੰਦੇ ਆ, ਕੀ ਕੁਛ ਹੁੰਦਾ ਹੈ ਭਾਜੀ। ਜਿਹੜੇ ਇੱਕ ਹੋਰ ਵੀ ਚੀਜ਼ ਹੋ ਸਕਦੀ, ਜਿੱਦਾਂ ਆਪਣੇ ਨਗਰ ਕੀਰਤਨ ਨਿਕਲਦੇ ਆ ਵੀ ਉਹ ਕੋਰਨਰਾਂ ਦੇ ਉੱਤੇ ਕੈਮਰੇ, ਅੱਜ ਕੱਲ੍ਹ ਬੜੇ ਸੋਹਣੇ ਕੈਮਰੇ ਮਿਲ ਜਾਂਦੇ ਜਿਹੜੇ ਆਪ ਮਾਨੀਟਰ ਆਪੇ ਘੁੰਮਦੇ ਆ ਆਲੇ ਦੁਆਲੇ, ਉਹ ਬੰਦੇ ਨੂੰ ਜਿੱਧਰ ਜਾਂਦੇ ਉੱਧਰ ਘੁੰਮਦੇ ਆ, ਅਤੇ ਇੱਦਾਂ ਦਾ ਕੁਛ ਵੀ ਪ੍ਰਬੰਧਕ ਦੇਖ ਸਕਦੇ ਕਿਉਂਕਿ ਉਹਨਾਂ ਦੇ ਨਾਲ ਵਾਈਫਾਈ ਕਨੈਕਟ ਹੈ ਜਾਂ ਇੰਟਰਨੈਟ ਕਨੈਕਟ ਹੈ, ਅਤੇ ਕਿਤੇ ਬੈਠੇ ਤੁਸੀਂ ਮਾਨੀਟਰ ਕਰ ਸਕਦੇ ਵੀ ਕਮਿਊਨਿਟੀ ਦੇ ਵਿੱਚ ਕੋਈ ਲੜਾਈ ਨਾ ਕਰੇ ਜਾਂ ਨਗਰ ਕੀਰਤਨ ਦੇ ਵਿੱਚ ਲੜਾਈ ਨਾ ਕਰੇ, ਇੱਦਾਂ ਮਾਨੀਟਰ ਕੀਤਾ ਜਾ ਸਕਦਾ। ਹਾਂਜੀ ਬੜਾ ਇੱਕ ਬੜੀ ਟੈਕਨੋਲੋਜੀ ਹੁਣ ਤਾਂ ਆਈ ਆ, ਪਰ ਇਹ ਆ ਨਾ ਵੀ ਇਹਨਾਂ ਦੇ ਜਦੋਂ ਪੈਸੇ ਰੇਡੀਓ ਟੀਵੀ ਤੇ ਖਰਚ ਦੇਣਗੇ, ਹਾਂਜੀ ਆਪਣੀਆਂ ਐਡਾਂ ਤੇ ਖਰਚ ਦੇਣਗੇ, ਖਰਚ ਦੇਣਗੇ, ਪਰ ਇਸ ਬੰਦੋਬਸਤ ਲਈ ਨਹੀਂ ਕਦੇ ਵੀ ਖਰਚਣਗੇ। ਇਹਨਾਂ ਨੂੰ ਇਹੋ ਰਹਿੰਦਾ ਕਿ ਸਾਨੂੰ ਫ੍ਰੀ ਇੰਡੀਆ ਨੂੰ ਜਿਹੜੀ ਕੋਈ ਨਾ ਕੋਈ ਚੀਜ਼ ਮਿਲਦੀ ਰਹੇ ਪੁਲਿਸ ਵੱਲੋਂ ਜਾਂ ਕਿਸੇ ਅਫੀਸ਼ਲ ਬੰਦਿਆਂ ਵੱਲੋਂ, ਜਿਹੜੀ ਕਿ ਗਲਤ ਆ, ਗੱਲ ਗਲਤ ਗੱਲ ਆ। ਸਿਟੀ ਦੇ ਪੈਸੇ, ਸਿਟੀ ਨੂੰ ਸਮਾਂ ਜ਼ਿਆਦਾ ਔਫੀਸਰ ਤੁਸੀਂ ਹਾਇਰ ਕਰ ਲਓ ਵੀ ਸਾਡੇ ਪ੍ਰਬੰਧ ਵੱਡਾ ਹੋਣਾ, ਸਾਡੀ ਸੰਗਤਾਂ ਜ਼ਿਆਦਾ ਹੋਣੀਆਂ, ਸਮਾਂ ਉੱਥੇ ਆਪਾਂ ਹੋਰ ਪ੍ਰੋਟੈਕਟਡ ਹੋਵਾਂਗੇ ਜੇ ਜ਼ਿਆਦਾ ਪੁਲਿਸ ਔਫੀਸਰ ਆਉਂਦੇ ਉੱਥੇ। ਹਾਂ ਬਹੁਤ ਸਾਰੀ ਔਫਰ ਹੀ ਕਰ ਦਿੰਦੇ ਅਗਲੇ ਵੀ, ਤੁਸੀਂ ਦੱਸੋ ਸਾਨੂੰ ਕਿਹੜੀ ਚੀਜ਼ ਚਾਹੀਦੀ, ਸਾਨੂੰ ਇਹ ਦਿੰਦੇ ਹਾਂ, ਪਰ ਉਹਦੇ ਉਹਦੇ ਰਿਵਾਰਡ 'ਚ ਮਤਲਬ ਕਿ ਸਾਨੂੰ ਇਹ ਵੀ ਚਾਹੀਦਾ ਹੁੰਦਾ ਵੀ ਸਾਨੂੰ ਇਨਫੋਰਮੇਸ਼ਨ ਤੁਹਾਡੇ ਕੋਲੋਂ ਮਿਲੇ। ਆਪ ਤੇ ਬਿਜ਼ੀ ਹੋਏ ਹੁੰਦੇ ਆ ਮਤਲਬ ਕਿ ਵੀ ਜਕਾਰੇ ਮਾਰਨ ਤੇ, ਤੇ ਵੀ ਮਤਲਬ ਸਾਡੇ ਵੱਲ ਕਿਹੜਾ ਦੇਖਦਾ। ਸਾਡੇ ਨਾ ਭਾਜੀ ਇੱਕ ਵਾਰ ਇੱਥੇ ਬਹੁਤ ਵੱਡਾ ਸਟੇਡੀਅਮ ਬਣਿਆ ਹੋਇਆ ਡੈਲਸ ਕਾਬੋਇਸ ਦਾ, ਨਵਾਂ ਬਣਾਇਆ ਆਰਲਿੰਗਟਨ ਦੇ ਵਿੱਚ, ਉੱਥੇ ਉਹਨਾਂ ਨੇ ਦਿਵਾਲੀ ਮੇਲਾ ਕਰਨ ਲਈ ਜਗ੍ਹਾ ਦੇ ਦਿੱਤੀ ਵੀ ਤੁਸੀਂ ਪਾਰਕਿੰਗ ਲਾਟ ਦੇ ਵਿੱਚ ਸਾਡੇ ਇੰਡੀਅਨ ਵੀ ਦਿਵਾਲੀ ਮੇਲਾ ਕਰ ਲਓ। ਉਹਨਾਂ ਨੇ ਉਦੋਂ ਬਾਅਦ ਸਾਨੂੰ ਕਦੀ ਉਹ ਦਿੱਤੀ ਨਹੀਂ ਪਾਰਕਿੰਗ ਲਾਟ, ਕਹਿੰਦੇ ਇੰਨਾ ਜ਼ਿਆਦਾ ਗੰਦ ਪਾਇਆ, ਇੰਨੀ ਸਮੈਲ ਆਉਂਦੀ ਆ, ਇੰਨਾ ਤੁਸੀਂ ਟ੍ਰੈਸ਼ ਸਾਡੀ ਪ੍ਰੋਪਰਟੀ ਨੂੰ ਕਰਕੇ ਗਏ, ਮੁੜ ਕੇ ਉਹਨਾਂ ਨੇ ਜਗ੍ਹਾ ਹੀ ਨਹੀਂ ਦਿੱਤੀ ਸਾਨੂੰ। ਉਹ ਭਲਾ ਕਹਿੰਦੇ 20 ਲੱਖ ਵੀ ਦੇ ਦਿਓ ਸਾਨੂੰ, ਅਸੀਂ ਫੇਰ ਵੀ ਤੁਹਾਨੂੰ ਪ੍ਰੋਪਰਟੀ ਨਹੀਂ ਦਿੰਦੇ। ਇੱਥੇ ਆਪਣੇ ਸੀਰੀਜ਼ ਟੂਰਨਾਮੈਂਟ ਹੁੰਦਾ ਹੁੰਦਾ ਸੀਗਾ ਸਕੂਲ ਦੇ ਵਿੱਚ, ਹਾਂਜੀ ਉਸ ਸਕੂਲ ਦਾ ਤੁਸੀਂ ਇਹ ਦੇਖ ਲਓ ਵੀ ਬੰਦਿਆਂ ਨੇ ਡਿੱਗੀਆਂ ਦੇ ਵਿੱਚ ਸ਼ਰਾਬ ਰੱਖ ਕੇ ਪੀ ਕੇ ਪਿਸ਼ਾਬ ਜਿਹੜਾ ਆ ਉਹ ਕਲਾਸਰੂਮ ਦੇ ਸਾਹਮਣੇ ਜਾ ਕੇ ਕਰਨਾ। ਅੱਛਾ ਜੀ, ਕਿੱਡੀ ਹੁਸ਼ਿਆਰੀ ਉਹਨਾਂ ਨੇ ਮੁੜ ਕੇ ਦਿੱਤੀ ਨੀ, ਉਹਨਾਂ ਨੂੰ ਗਰਾਊਂਡ ਹੀ ਨੀ ਦਿੱਤੀ ਕਦੇ ਉਹਨਾਂ ਨੂੰ ਸਕੂਲ ਵਾਲਾ, ਬਹੁਤ ਮਾੜੀ, ਲਾਗੇ ਨੀ ਲੱਗਣ ਦਿੱਤਾ। ਛੇਤੀ ਕੀਤੇ ਅਫੀਸ਼ਲ ਜਿਹੜੇ ਇੱਥੇ ਦੇ ਉਹ ਰੋਕਦੇ ਨੀਗੇ, ਪਰ ਇਹ ਆ ਵੀ ਇੱਕ ਵਾਰੀ ਕਰ ਲੈਣਗੇ, ਦੋ ਵਾਰੀ ਕਰ ਲੈਣਗੇ, ਦੂਜੀ ਵਾਰੀ ਅਗਲਾ ਕਹਿਣ ਦੋ ਭਾਈ ਹੁਣ ਨਾ ਕਰਨ, ਹੁਣ ਨੀ ਕਰਨ ਦੇਣਾ, ਅਗਲੇ ਅਗਲੇ ਤੁਹਾਨੂੰ ਇਜਾਜ਼ਤ ਹੀ ਨੀ ਦਿੰਦੇ। ਜਿੱਥੇ 50,000 ਲੱਗਣਾ ਅਗਲਾ 1,00,000 ਰੁਪਇਆ ਮੰਗੂਗਾ ਤੁਹਾਡੇ ਕੋਲ ਵੀ ਇੰਨੇ ਦਵੋ, ਫਿਰ ਤੁਸੀਂ ਨਗਰ ਕੀਰਤਨ ਕਰ ਸਕਦੇ। ਮਤਲਬ ਇਹ ਸਾਡੇ ਆਪਦੇ ਸਾਨੂੰ ਪ੍ਰਬੰਧ ਕਰਨੇ ਬਹੁਤ ਜ਼ਰੂਰੀ। ਮੈਂ ਕਈ ਵਾਰ ਸੋਚਦਾ ਹੁੰਦਾ ਭਾਜੀ ਗੁਰੂ ਘਰਾਂ ਦੇ ਵਿੱਚ ਅਸੀਂ ਜਾਂਦੇ ਹਾਂ, ਜਿੱਦਾਂ ਪਿੱਛੇ ਜੇ ਇੱਕ ਵਾਰੀ ਇੱਕ ਗੁਰੂ ਘਰ ਦੇ ਵਿੱਚ ਇੱਕ ਗੋਰਾ ਆਇਆ, ਉਹਨੇ ਗੋਲੀਆਂ ਚਲਾ ਦਿੱਤੀਆਂ। ਸਾਨੂੰ ਆਪਦੇ ਵੀ ਸੇਵਾਦਾਰ ਬਾਹਰ ਚਾਹੀਦੇ ਜਿਹੜੇ ਮਾਨੀਟਰ ਕਰਿਆ ਕਰਨ ਵੀ ਕੋਈ ਇੱਦਾਂ ਦਾ ਬੰਦਾ ਤਾਂ ਨਹੀਂ ਆ ਰਿਹਾ ਜਿਹਦੇ ਨਾਲ, ਜਾਂ ਕੋਈ ਨਿਆਣੇ ਤਾਂ ਨਹੀਂ ਲੜ ਰਹੇ ਗਰੁੱਪਾਂ ਦੇ ਵਿੱਚ ਤਾਂ ਨਹੀਂ ਖੜੇ ਹੋਏ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸਾਨੂੰ, ਕਿਤੇ ਵੀ ਗੁਰੂ ਘਰ ਦੇ ਵਿੱਚ ਅਸੀਂ ਇੱਦਾਂ ਦਾ ਕੋਈ ਪ੍ਰੋਗਰਾਮ ਹੁੰਦਾ ਜਾਂ ਕਬੱਡੀ ਟੂਰਨਾਮੈਂਟ ਹੁੰਦੇ, ਮਾਨੀਟਰ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ। ਜ਼ਰੂਰੀ ਆ, ਮਤਲਬ ਕਿ ਵੀ ਉਹਦੇ ਨਾਲ ਸਾਡੀ ਕਮਿਊਨਿਟੀ ਦੀ ਜਿਹੜੀ ਆ ਉਹ ਬੇਇੱਜ਼ਤੀ ਨਹੀਂ ਹੁੰਦੀ, ਉਹ ਇੱਕ ਚੀਜ਼ ਬਣਦੀ ਆ, ਐਗਜ਼ਾਮਪਲ ਬਣਦੀ ਆ ਵੀ ਅਸੀਂ ਆਪਣੀ ਜਿਹੜੀ ਦੇਖ ਰਹੇ ਹਾਂ ਆਪੇ ਕਰਦੇ ਹਾਂ, ਆਪ ਕਰ ਸਕਦੇ ਹਾਂ, ਆਪ ਕਰ ਸਕਦੇ ਨਾ। ਤੇ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਆਂ ਹੁੰਦੀਆਂ ਆ ਉਹ ਵੀ ਫਿਰ ਨਾਲ ਹੋ ਕੇ ਤੁਰਦੀਆਂ, ਯਾਰ ਇਹ ਤਾਂ ਆਪੇ ਕਰ ਲੈਂਦੇ, ਆਪੇ ਕਰ ਲੈਂਦੇ, ਨਾਲ ਚੱਲੋ ਇਹਨਾਂ ਦੇ, ਨਾਲੇ ਸੇਵਾ ਕਰ ਲੈਂਦੇ ਆ, ਮਤਲਬ ਗੰਦਗੀ ਰੋਡਾਂ ਤੇ ਗੰਦ ਨਹੀਂ ਪਾਉਂਦੇ, ਮਤਲਬ ਹਰੇਕ ਚੀਜ਼ ਆਪਾਂ ਨੂੰ ਆਪ ਮਾਨੀਟਰ ਕਰਨੇ ਚਾਹੀਦੇ ਆ। ਹਾਂ ਹੁਣ ਇੱਥੇ ਲਵੈਂਸਨ ਜਾਂ ਦੂਜੇ ਗੁਰਦੁਆਰੇ ਤੁਸੀਂ ਦੇਖ ਲਓ ਵੀ ਇਹਨਾਂ, ਜਾਂ ਤਾਂ ਤੁਸੀਂ ਪਾਰਕਾਂ ਦਾ ਬੰਦੋਬਸਤ ਰੱਖੋ
ਆਪਣੇ ਸੇਵਾਦਾਰ ਲਾਓ ਬਈ ਇੱਥੇ ਲਾਓ ਕਾਰ, ਇੱਥੇ ਲਾਓ, ਇੱਥੇ ਲਾਓ, ਹਰੇਕ ਬੰਦੇ ਨੂੰ ਨੋਟੀਫਾਈ ਕਰੋ ਪਹਿਲਾਂ ਵੀ ਭਾਈ ਅਸੀਂ ਤੇਰੀ ਪ੍ਰੋਪਰਟੀ ਦੇ ਬਰੋਬਰ ਤੇ ਇੱਦਾਂ ਕਾਰਾਂ ਲਾਉਣੀਆਂ ਆ, ਅਸੀਂ ਉਹਦਾ ਬੰਦੋਬਸਤ ਰੱਖਾਂਗੇ, ਸਾਡਾ ਬੰਦਾ ਇੱਥੇ ਖੜਾ ਹੋਊਗਾ, ਤੇ ਜਾਂ ਉਹਨੂੰ ਥੋੜੇ ਵਾਲੇ ਪੈਸੇ ਆਫਰ ਕਰ ਦਿਓ, ਜਾਂ ਕੋਈ ਨਾ ਕੋਈ ਚੀਜ਼ ਇੱਦਾਂ ਦੀ ਕਰ ਦਿਓ ਅਗਲਾ ਖੁਸ਼ ਰਵੇ, ਵੀ ਅਗਲਾ ਤੁਹਾਡੇ ਨਾਲ ਗੁੱਸੇ ਨਾ ਹੋਵੇ। ਹਾਂ ਤੇ ਵੀ ਮਤਲਬ ਇਸ ਗੱਲ ਦਾ ਵੀ ਅਸੀਂ ਏਡੇ ਵੱਡੇ ਜਲੂਸ ਤਾਂ ਕੱਢ ਲੈਂਦੇ ਹਾਂ, ਐਡਵਰਟਾਈਜ਼ਮੈਂਟ ਕਰੀ ਜਾਂਦੇ ਹਾਂ, ਤੁਸੀਂ ਬੰਦੋਬਸਤ ਕੀ ਕਰਦੇ ਆ, ਇਹ ਦੇਖਣ ਵਾਲੀ ਗੱਲ ਹੋਣੀ ਆ, ਤੁਸੀਂ ਤਾਰ ਦਾ ਕਾਰਾਂ ਦਾ ਬੰਦੋਬਸਤ ਕੀ ਆ, ਲੋਕ ਐਵੇਂ ਤਾਂ ਨੀ ਕਿਤੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ, ਕਿਉਂਕਿ ਇਹ ਜਿਹੜੀ ਚੀਜ਼ ਆ ਸਾਡੇ ਮੰਨਣ ਦੀ ਮਨੌਤ ਆ, ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਗੁਰਦੁਆਰਿਆਂ ਦੇ ਵਿੱਚ ਅਸੀਂ ਹਿੰਦੂ ਧਰਮ ਨੂੰ ਮੰਨਦੇ ਹਾਂ, ਜਿਹੜੇ ਮਰਜ਼ੀ ਧਰਮ ਨਾਲ ਅਸੀਂ ਬਿਲੋਂਗ ਕਰਦੇ ਹੋਈਏ, ਅਸੀਂ ਆਪਣਾ ਬੰਦੋਬਸਤ ਆਪਣਾ ਭਾਰ ਅਸੀਂ ਆਪੇ ਚੱਕਣਾ, ਆਪੇ ਚੱਕਣਾ। ਤੇ ਬਾਕੀ ਭਾਜੀ ਇਹ ਇੱਕ ਚੀਜ਼ ਹੋਰ ਵੀ ਆ, ਇਕੱਲੇ ਪ੍ਰਬੰਧਕਾਂ ਦਾ ਕਸੂਰ ਨਹੀਂ ਆ, ਸਾਡੀਆਂ ਸੰਗਤਾਂ ਦਾ ਵੀ ਕਸੂਰ ਹੈ, ਸਾਡੇ ਆਪਣੇ ਲੋਕਾਂ ਦਾ ਵੀ ਕਸੂਰ ਹੈ। ਜੇ ਅਸੀਂ ਇਕੱਲੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਸੰਗਤਾਂ ਸੇਵਾ ਕਰਨ ਜਾਂਦੀਆਂ, ਅਸੀਂ ਨਾਲੇ ਸਭ ਤੋਂ ਜ਼ਿਆਦਾ ਵੱਡਾ ਰੌਲਾ ਪਾਉਂਦੇ ਹਾਂ ਵੀ ਅਸੀਂ ਤਾਂ ਸੇਵਾਦਾਰ ਬਹੁਤ ਵੱਡੇ ਹਾਂ। ਜੇ ਅਸੀਂ ਸੇਵਾਦਾਰ ਹਾਂ, ਜੇ ਹੁਣ ਹਰਿਮੰਦਰ ਸਾਹਿਬ ਦੇ ਵਿੱਚ ਦੇਖ ਲਓ ਕਿੱਦਾਂ ਸਿਸਟਮ ਚੱਲਦਾ, ਅਤੇ ਜੇ ਅਸੀਂ ਇੱਥੇ ਵੀ ਆਪਦੇ ਪ੍ਰਬੰਧ ਕਰੀਏ, ਆਪ ਡਿਊਟੀਆਂ ਲੈ ਲਈਏ ਵੀ ਓਕੇ ਮੈਂ ਆਹ ਕੰਮ ਸੰਭਾਲਦਾ, ਤੁਸੀਂ ਆਹ ਕੰਮ ਸੰਭਾਲੋ, ਅਤੇ ਸਮਾਂ ਅੱਧਾ ਭਾਰ ਆਪੇ ਹੀ ਪ੍ਰਬੰਧਕਾਂ ਦਾ ਲੈ ਸਕਦਾ। ਹਾਂਜੀ 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 ਹਾਂਜੀ, ਇਹ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ, ਸਾਰਿਆਂ ਨੂੰ ਇੱਕ ਦੂਜੇ ਨਾਲ ਮਿਲ ਕੇ ਹੀ ਕਰਨਾ ਮਿਲ ਕੇ ਕਰਨਾ ਪੈਣਾ। ਹਾਂ ਮਤਲਬ ਬਹੁਤ ਜ਼ਰੂਰੀ ਆ। ਹਾਂ ਇੰਨਾ ਜ਼ਰੂਰ ਆ ਵੀ ਮਤਲਬ ਕਿ ਅਸੀਂ ਇਹ ਕਹਿੰਦੇ ਵੀ ਦੂਜੀਆਂ ਕਮਿਊਨਿਟੀਆਂ ਜਾਂ ਸਾਨੂੰ ਪੁੱਛਦੀਆਂ ਯਾਰ ਤੁਹਾਡੇ ਗੁਰਦੁਆਰੇ ਤੇ ਲੜਾਈ ਕਾਹਤੋਂ ਹੁੰਦੀ ਹੈ, ਯਾਰ ਤੁਹਾਡੇ ਪਰੇਡਾਂ ਤੇ ਲੜਾਈ ਕਾਹਤੋਂ ਹੁੰਦੀ ਆ, ਇੱਥੇ ਪੁਰਚੁਗੀਜ਼ ਵੀ ਪਰੇਡ ਕੱਢਦੇ ਆ ਹੈ ਕਿ ਨਹੀਂ? ਹਾਂਜੀ ਉਹ ਵੀ ਕੱਢਦੇ ਆ, ਕਦੇ ਨੀ ਸੁਣਿਆ? ਮੈਕਸੀਕਨ ਲੋਕ ਵੀ ਕੱਢਦੇ ਆ, ਕਦੇ ਨੀ ਸੁਣੀ ਲੜਾਈ? ਹਾਂ ਕਦੇ ਨੀ ਸੁਣਿਆ ਉਹਨਾਂ ਦੀ। ਪਰ ਇਹ ਆ ਵੀ ਇਹ ਹਾਂ ਉਹਨਾਂ ਦੇ ਘਰ ਚ ਕਿਤੇ ਹੋਵੇ, ਉੱਥੇ ਭਾਵੇਂ ਉਹਨੇ ਡਰਾਈਵ ਬਾਈ ਸ਼ੂਟਿੰਗ ਹੋ ਜਾਏ, ਉਹਦੀ ਵਜ੍ਹਾ ਹੋ ਰਿਹਾ, ਹੋਰ ਵਜ੍ਹਾ ਹੈ, ਉਹ ਹੋ ਰਿਹਾ। ਆਪਰੇਸ਼ਨ ਅੱਜ ਹੋਇਆ ਆ ਇਸ ਕਰਕੇ ਕੀਤਾ ਗਿਆ ਆ ਵੀ ਦੋ ਟਾਊਨਾਂ ਦੇ ਵਿੱਚ ਪਰੇਡਾਂ ਸੀਗੀਆਂ ਅੱਜ। ਅੱਛਾ ਜੀ। ਅੱਜ ਇੱਕ ਸਲਮੇ ਸੀਗੀ, ਇੱਕ ਸੀਗੀ ਸਟਾਕਟਨ। ਠੀਕ ਹੈ ਜੀ। ਤੇ ਇਨਫੋਰਮੇਸ਼ਨ ਸਾਡੇ ਕੋਲ ਕੀ ਸੀਗੀ ਵੀ ਪਹਿਲਾਂ ਇਹ ਹੋ ਸਕਦਾ ਵੀ ਉੱਥੇ ਸ਼ੂਟਿੰਗ ਹੋਵੇ। ਅੱਛਾ ਜੀ। ਤੇ ਇਸ ਕਰਕੇ ਮਤਲਬ ਕਿ ਵੀ ਇਹਦੇ ਤੇ ਕੰਮ ਜਿਹੜਾ ਹੈ ਪਿਛਲੇ ਸ਼ੂਟਿੰਗ ਤੋਂ ਪਹਿਲਾਂ ਦਾ ਚੱਲਣਾ ਸ਼ੁਰੂ ਹੋਇਆ ਆ, ਕੁਛ ਉਧਰ ਫਰੋਤੀਆਂ ਦਾ ਸ਼ੁਰੂ ਹੋਇਆ ਸੀਗਾ। ਅੱਛਾ ਜੀ। ਤੇ ਇਸ ਕਰਕੇ ਇਹ ਕੰਮ ਪਹਿਲਾਂ ਦਾ, ਪਰ ਅੱਜ ਉਹ ਧੱਕੇ ਨਾ ਇੱਕਦਮ ਕਰਨਾ ਪਿਆ, ਨਹੀਂ ਤੇ ਇਹਦੇ ਵਿੱਚ ਹੋ ਸਕਦਾ ਸੀ ਹੋਰ ਵੀ ਸਾਨੂੰ ਚੀਜ਼ ਵੱਧ ਮਿਲ ਜਾਂਦੀ, ਪਰ ਇਹ ਆ ਵੀ ਅੱਜ ਸਾਨੂੰ ਇਸੇ ਕਰਕੇ ਕਰਨਾ ਪਿਆ ਵੀ ਦੋ ਟਾਊਨਾਂ ਦੇ ਵਿੱਚ ਜੇ ਲੜਾਈ ਹੈ ਤੇ ਹੋਈਆਂ, ਫਿਰ ਲੋਕ ਕਹਿਣਗੇ ਵੀ ਲੜਾਈ ਕਾਹਤੋਂ ਹੁੰਦੀ, ਵੀ ਕਿਹੜੀ ਗੱਲ ਤੋਂ ਹੋ ਰਹੀ ਆ ਲੜਾਈ। ਹਾਂ ਕਿਉਂਕਿ ਪਿਛਲੀ ਵਾਰੀ ਵੀ ਇੱਥੇ ਸਟਾਕਟਨ ਗੋਲੀ ਚੱਲੀ ਸੀ। ਚੱਲੀ ਸੀ, ਠੀਕ ਹੈ, ਸਮਝੋ ਨਾ। ਇਸ ਕਰਕੇ ਮਤਲਬ ਕਿ ਇੱਥੇ ਸਟਾਕਟਨ ਪਹਿਲਾਂ ਕਬੱਡੀ ਟੂਰਨਾਮੈਂਟ ਦੇ ਵਿੱਚ ਚੱਲ ਹਟੀ ਹੈ ਗੋਲੀ, ਮਤਲਬ ਇਹ ਸਾਨੂੰ ਬਹੁਤ ਉੱਥੇ ਪ੍ਰਬੰਧ ਕਰਨੇ ਪੈਣੇ ਆ, ਨਹੀਂ ਤਾਂ ਸਟਾਕਟਨ ਗੁਰੂ ਘਰ ਜਿਹੜੀ ਪਰੇਡ ਨਿਕਲਦੀ ਆ ਉਹ ਵੀ ਬੰਦ ਕਰਾ ਸਕਦੀ ਸਿਟੀ, ਵੀ ਤੁਹਾਡੀ ਕਮਿਊਨਿਟੀ ਤਾਂ ਲੜਦੀ ਰਹਿੰਦੀ ਆ, ਗੰਨਾ ਲੈ ਕੇ ਆਉਂਦੀ ਆ, ਸੋ ਅਤੇ ਉੱਥੇ ਹਰੇਕ ਬੰਦੇ ਨੂੰ ਪਰੇਸ਼ਾਨ ਕਰੂਗੀ, ਪਲੀਜ਼ ਚੈੱਕ ਕਰਨਗੇ, ਅਤੇ ਫਿਰ ਅਸੀਂ ਕਹਿਣਾ ਵੀ ਸਾਨੂੰ ਪਰੇਸ਼ਾਨ ਕਰਦੇ ਆ, ਪਰੇਸ਼ਾਨ ਕਰਦੇ ਆ। ਮਤਲਬ ਇਹ ਕਿਸੇ ਦਿਨ ਤਾਂ ਇਹਨਾਂ ਨੇ ਇਨਫੋਰਸ ਕਰ ਹੀ ਦੇਣਾ, ਕਿਸੇ ਦਿਨ ਤਾਂ ਉਹਨਾਂ ਨੇ ਫਿਰ ਇਹ ਚੀਜ਼ਾਂ ਕਰਨੀਆਂ, ਵੀ ਜੇ ਇੱਦਾਂ ਦਾ ਜ਼ਿਆਦਾ ਹੋਣ ਲੱਗ ਗਿਆ ਤਾਂ ਫਿਰ ਉਹਨਾਂ ਨੇ ਆਪਣੇ ਨਾਲ ਧੱਕਾ ਵੀ ਕਰਨਾ। ਕਰਨਾ ਕਰਨਾ ਕਰਦੇ ਆ, ਮਤਲਬ ਕਿ ਉਹ ਚ ਕੋਈ ਸ਼ੱਕ ਵਾਲੀ ਗੱਲ ਨੀ, ਪਰ ਇਹ ਆ ਵੀ ਮੋਸਟ ਲਾਈਕਲੀ ਕੋਈ ਲਾ ਇਨਫੋਰਸਮੈਂਟ ਜਿਹੜੀ ਆ, ਜਿਹੜੇ ਉੱਪਰਲੇ ਐਡਮਨ ਬੰਦੇ ਆ, ਉਹ ਇਹ ਗੱਲਾਂ ਕਰਕੇ ਰਾਜੀ ਨੀ, ਉਹ ਧਾਰਮਿਕ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਸਾਰਾ ਤੇ, ਤੇ ਪਰ ਇਹ ਆ ਵੀ ਆਪਣੇ ਬੰਦਿਆਂ ਨੂੰ ਵੀ ਕੰਮ ਲੈਣਾ ਉਹਨਾਂ ਤੋਂ ਸਿੱਖਣਾ ਚਾਹੀਦਾ, ਨਾ ਕਿ ਇਸ ਚੀਜ਼ ਨੂੰ ਬਣਾਇਆ ਜਾਵੇ ਜੀ ਅਸੀਂ ਇੰਨੇ ਬੰਦੇ ਸਾਡੇ ਮਗਰ ਇੰਨੀਆਂ ਗੁੱਟਾਂ ਆ, ਉਹਨਾਂ ਮਤਲਬ ਕੋਈ ਨੀ ਗਾ ਹੋਣਾ ਇੱਥੇ, ਮਤਲਬ ਕਿ ਉਸੇ ਤਰੀਕੇ ਨਾਲ ਚੱਲਣਾ। ਪਰ ਇਹ ਆ ਵੀ ਜਿੱਦਾਂ ਹੁਣ ਆ ਗੰਨਾ ਗੁੰਨਾ ਵੀ ਲੋਕੀ ਲੈ ਕੇ ਫਿਰਦੇ ਆ ਜਾਂ ਦਿਖਾਲਦੇ ਆ ਕਿਸੇ ਨਿਆਣੇ ਨੂੰ, ਤੇ ਉਹ ਸਗਾਂ ਤੇ ਦੱਸਣ, ਨਾ ਕਿ ਉਹਨੂੰ ਲੁਕਾਉਣ ਲੁਕਾਉਣ ਨਾ। ਹਾਂ ਦੱਸਣ ਸਮਾਂ ਨਾਲੇ ਕਿਸੇ ਨੂੰ, ਜੇ ਤੁਸੀਂ ਦੇਖਦੇ ਕਿਸੇ ਗੱਡੀ ਚ ਪਈ ਆ ਜਾਂ ਕੋਈ ਦਿਖਾ ਰਿਹਾ ਕਿਸੇ ਨੂੰ, ਉਸੇ ਟਾਈਮ ਦੱਸ ਦੋ, ਆਪਦੇ ਪੇਰੈਂਟਸ ਨੂੰ ਵੀ ਭਲਾ ਦੱਸ ਦੋ ਜਾਂ ਕਿਸੇ ਪੁਲਿਸ ਆਫਿਸਰ ਨੂੰ ਦੱਸ ਦੋ। ਨਿਆਣਿਆਂ ਤੋਂ ਜ਼ਿਆਦੀਆਂ ਖਬਰਾਂ ਨਿਕਲਦੀਆਂ, ਨਿਕਲਦੀਆਂ ਜਿਹੜੇ ਅੱਗੇ ਅੱਗੇ ਏਦਾਂ ਹੁੰਦਾ ਸੀਗਾ, ਅੱਗੇ ਪਹਿਲਾਂ ਪਹਿਲਾਂ ਜਦੋਂ ਚੱਲਿਆ ਹੀ ਸੀਗਾ ਕੰਮ, ਜਦੋਂ ਮੈਂ ਆਈ ਆ ਉਦੋਂ 15-15 16-16 ਸਾਲ ਦੇ ਨਿਆਣੇ ਨੂੰ ਗਨ ਫੜਾ ਦੇਣ,
ਅੱਛਾ ਜੀ ਪੁਲਿਸ ਵਾਲਾ ਜਿਹੜਾ ਉਹਦੀ ਤਲਾਸ਼ੀ ਨਹੀਂ ਲੈ ਸਕਦਾ ਬੱਚਾ ਠੀਕ 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 ਸਮਝੇ ਨਾ ਤੇ ਜਦੋਂ ਉਹਨਾਂ ਨੇ ਲੜਨ ਲੱਗਣਾ ਤੇ ਗਨ ਉਤੋਂ ਲੈ ਕੇ ਚਲਾ ਕੇ ਉਹਨੂੰ ਫੇਫੜਾ ਦੇਣਾ ਹੁਣ ਅੱਛਾ ਜੇ ਬੱਚਾ ਫੜਿਆ ਵੀ ਗਿਆ ਗਨ ਦੇ ਨਾਲ ਤੇ ਉਹਨੂੰ ਉਹਨੂੰ ਵੱਧ ਤੋਂ ਵੱਧ ਕਿਹੜੀ ਸਜ਼ਾ ਕੋਈ ਨੀ ਸੀ ਹੁਣ ਦੀ ਇੱਕੀ ਸਾਲ ਤੇ ਉਹਦਾ ਨਿਕਲ ਜਾਂਦਾ ਸਾਰਾ ਰਿਕਾਰਡ ਨਿਕਲ ਜਾਂਦਾ ਸਾਰਾ ਕੁਛ ਇਸ ਤਰ੍ਹਾਂ ਮਤਲਬ ਕਿ ਬਚਦੇ ਰਹੇ ਪਰ ਫਿਰ ਜਦੋਂ ਤਾਈਂ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਫਿਰ ਉਹਨਾਂ ਨੇ ਫਿਰ ਦੂਜੇ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਉਹ ਫਿਰ ਇਹਨਾਂ ਦਾ ਹੀ ਨੁਕਸਾਨ ਹੋਇਆ ਕਿਸੇ ਦਾ ਤਾਂ ਨੀ ਕੋਈ ਵੀ ਨੁਕਸਾਨ ਨਾ ਟਾਈਟ ਕਰਤਾ ਕੰਮ ਹਾਂ ਟਾਈਟ ਕਰਤਾ ਉਹਨੇ ਬੱਚਿਆਂ ਨੂੰ ਪੁੱਛਣਾ ਸ਼ੁਰੂ ਕਰਤਾ ਉਹਨਾਂ ਸਹੀ ਗੱਲ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਜਾਣਕਾਰੀ ਦਿੱਤੀ ਅੱਜ ਪਤਾ ਵੀ ਕੱਲ ਨੂੰ ਆਪਾਂ ਨੂੰ ਜ਼ਿਆਦਾ ਖਬਰ ਪਤਾ ਲੱਗੂਗੀ ਤੇ ਫਿਰ ਮੈਂ ਤੁਹਾਡੇ ਤੋਂ ਕੱਲ ਨੂੰ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਠੀਕ ਹੈ ਜੀ ਤੇ ਪਰ ਇਹ ਹੈ ਵੀ ਅੱਜ ਉਹ ਕੰਮ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ